ਤੁਸੀਂ ਇਤਸ਼ਾਮ ਦੀ ਕੀ ਲੱਗਦੇ ਹੋ? ਮੈਂ ਇਤਸ਼ਾਮ ਦੀ ਅੰਮੀ ਲੱਗਦੀ ਹਾਂ। ਅੱਛਾ, ਕੁਛ ਅਰਸੇ ਪਹਿਲੇ ਇਹਨਾਂ ਨੇ ਇੱਕ ਵੀਡੀਓ ਤੁਹਾਡੇ ਜਿਹੜੇ ਬੱਚੇ ਨੂੰ ਕਤਲ ਕਰਨ ਵਾਲੇ ਨੇ ਉਹਨਾਂ ਦੇ ਘਰ ਵਾਲਿਆਂ ਦੇ ਜਾਣ ਤੋਂ ਇਹ ਅਪਲੋਡ ਕੀਤੀ ਗਈ ਸੀ, ਜਿਹੜੇ ਸੋਸ਼ਲ ਮੀਡੀਆ 'ਤੇ ਵੀ ਆਈ, ਅਖਬਾਰ ਵਗੈਰਾ 'ਤੇ ਵੀ ਆਈ। ਠੀਕ ਹੈ, ਉਹਨਾਂ ਇਲਜ਼ਾਮ ਲਗਾਏ, ਉਹਨਾਂ ਕਿਹਾ ਜੀ ਤੁਸੀਂ ਗਲਤ ਕੰਮ ਕਰਾਉਂਦੇ ਸੋ, ਤੁਹਾਡਾ ਬੱਚਾ ਗਲਤ ਕੰਮ ਕਰਦਾ ਸੀ, ਗੈਰਤ ਦੇ ਨਾਂ 'ਤੇ ਉਹਨਾਂ ਕਤਲ ਕੀਤਾ, ਅਤੇ ਇਹਦੇ ਪਿੱਛੇ ਅਸਲ ਹਕਾਇਕ ਕੀ ਨੇ ਉਹ ਤੁਸੀਂ ਸਾਨੂੰ ਦੱਸੋ। ਮੇਰਾ ਬੱਚਾ ਕੋਈ ਗਲਤ ਕੰਮ ਨਹੀਂ ਸੀ ਕਰਦਾ, ਇਹ ਜਿਹੜੀ ਮੇਰੇ ਬੱਚੇ ਕੋਲ ਰਹਿੰਦੀ ਨਹੀਂ ਸੀ, ਆਏ ਦਿਨ ਲੜ ਕੇ ਤਾਂ ਜਾਂਦੀ ਸੀ, ਥੋੜ੍ਹੀ ਸਾਰੀ ਘਰ 'ਚ ਗੱਲ ਹੁੰਦੀ ਸੀ ਅਤੇ ਕਹਿੰਦੀ ਸੀ ਮੈਂ ਆਪਣੀ ਅੰਮਾ ਦੇ ਘਰ ਜਾਣਾ, ਆਪਣੀ ਅੰਮਾ ਦੇ ਘਰ ਜਾਣਾ, ਲੜ ਕੇ ਟੁੱਟ ਜਾਂਦੀ ਸੀ। ਹੁਣ ਇਹਨੂੰ ਪੂਰਾ ਸਾਲ ਹੋਇਆ ਆਪਣੀ ਅੰਮਾ ਦੇ ਕੋਲ ਗਿਰਿਆ, ਅਤੇ ਫਿਰ ਇਹਨੀ ਅੰਮਾ ਨੇ ਸਾਨੂੰ ਕਹਿ ਕੇ ਅਸੀਂ ਰਹੀ ਕੁੜੀ ਟੋਰਨੀ, ਅਸਾਂ ਤਲਾਕ ਲੈਣੀ ਹੈ, ਮੇਰੇ ਬੱਚੇ ਵਾਸਤੇ ਮੇਰੀ ਕੁੜੀ ਵਾਸਤੇ ਮੁੰਡੇ ਬੜੇ, ਮੈਂ ਤਲਾਕ ਲੈਣੀ। ਇਹਨਾਂ ਦੇ ਕਹਿਣ ਦੇ ਬਾਵਜੂਦ ਮੇਰੇ ਪੁੱਤਰ ਨੇ ਨਾ ਇਹਨੂੰ ਦੋ ਤਲਾਕਾਂ ਭੇਜੀਆਂ ਨੇ, ਮੇਰਾ ਪੁੱਤਰ ਤੀਸਰੀ ਤਲਾਕ ਨਹੀਂ ਸੀ ਭੇਜਦਾ, ਅਤੇ ਇਹਨਾਂ ਨੇ ਨਾ ਉਹਨੂੰ ਨਾ ਤਲਾਕ ਉਹਨੂੰ ਨਾ ਕਤਲ ਕਰ ਦਿੱਤਾ, ਇਹਦੀ ਵਜ੍ਹਾ ਤੋਂ ਪਿੱਛੇ ਹੱਥ ਇਹਦੀ ਬੀਵੀ ਦਾ ਵੇ, ਇਹਨੇ ਆਪਣੇ ਭਰਾਵਾਂ ਕੋਲੋਂ ਕਤਲ ਕਰਾਇਆ ਵੇ। ਉਸ ਤੋਂ ਬਾਅਦ ਕਹਿੰਦੇ ਨੇ ਜੀ ਕਹਿੰਦੀ ਹੈ ਮੇਰੀ ਭਰਜਾਈ ਨਾਲ ਮੇਰਾ ਮੀਆਂ ਸੈੱਟ ਸੀ, ਕੋਈ ਇਹਦੀ ਭਰਜਾਈ ਨਾਲ ਸੈੱਟ ਨਹੀਂ ਸੀ, ਇਹਦਾ ਭਰਾ ਨਸ਼ਾ ਕਰਦਾ ਸੀ, ਮੇਰੇ ਪੁੱਤਰ ਨੇ ਉਹਦਾ ਇਲਾਜ ਕਰਾਇਆ, ਉਹਨੇ ਆਪਣੀ ਹਫਾਜ਼ਤ ਦੇ ਵਿੱਚ ਰੱਖਿਆ, ਇਹ ਪਹਿਲੇ ਵੀ ਨਿਕਲ ਕੇ ਆਈ ਸੀ ਇਹਨਾਂ ਦੀ ਭਰਜਾਈ ਇਹਨਾਂ ਦੇ ਭਰਾ ਦੇ ਨਾਲ, ਅਤੇ ਉਹਨੇ ਇਹਦਾ ਨਾ ਕਹਿੰਦੀ ਇਹਨੂੰ ਆਪਣੀ ਹਫਾਜ਼ਤ 'ਚ ਰੱਖਿਆ ਸੀ, ਮੇਰਾ ਪੁੱਤਰ ਇਹਨਾਂ ਨਾਲ ਗਲਤ ਕੋਈ ਸੀ। ਹੈ ਉਹ ਸਾਡੀ ਮੇਰੇ ਕੋਲ ਸੌਂਦੀ ਸੀ, ਜਿਹੜਾ ਕਹਿੰਦੀ ਹੈ ਕਿ 4 ਮਹੀਨੇ ਇਹਦੇ ਮੇਰੇ ਮੀਆਂ ਨੇ ਮੇਰੀ ਭਰਜਾਈ ਕੋਲ ਰੱਖੀ ਹੈ, ਇਹ ਵੀ ਸਾਰੇ ਇਹ ਬਕਵਾਸ ਕਰਦੀ ਹੈ, 4 ਦਿਨ ਹੋ ਗਏ ਸਾਨੂੰ ਉਹਨੂੰ ਸਾਡੇ ਕੋਲ ਆਇਆ, ਅਤੇ ਉਹਨੇ ਉਹ ਵੀ ਉਹਨੇ ਮੇਰੀ ਇਜਾਜ਼ਤ ਦੇ ਨਾਲ ਆਇਆ। ਜਿਹੜਾ ਉਹਨੇ ਇਲਜ਼ਾਮ ਲਗਾਇਆ ਵੇ ਕਿ ਉਹਨੂੰ ਇੱਕ ਅਲੱਗ ਮਕਾਨ ਲੈ ਕੇ ਦਿੱਤਾ ਗਿਆ ਸੀ, ਜਾਂ ਇਹ ਸਾਰੇ ਮਾਮਲਾਤ ਹੋਏ, ਔਰ ਉਹਨਾਂ ਸਭ ਤੋਂ ਵੱਡਾ ਇਲਜ਼ਾਮ ਇਹ ਲਗਾਇਆ, ਉਹਨਾਂ ਕਿਹਾ ਜੀ ਗੈਰਤ ਦੇ ਨਾਂ 'ਤੇ, ਕਿਉਂਕਿ ਇਹਦਾ ਉਹਦੇ ਨਾਲ ਜਾਇਜ਼ ਤਲਕ ਸਨ, ਇਹ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ, ਇਹ ਮਾਮਲਾਤ ਨੇ, ਅਤੇ ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਆਪਣੀ ਬਹੂ ਜਿਹੜੀ ਸੀ ਤੁਹਾਡੀ ਉਹਦੇ 'ਤੇ ਕੀ ਜ਼ੁਲਮ ਕਰਦੇ ਸੋ, ਜ਼ਿਆਦਤੀ ਕਰਦੇ ਸੋ, ਉਹਨਾਂ 'ਤੇ ਕਿਹਾ ਵੀ ਤੁਹਾਨੂੰ ਤੁਸੀਂ ਉਹਨਾਂ 'ਤੇ ਜ਼ੁਲਮ ਹੀ ਕਰਦੇ ਸੋ, ਮਾਰਦੇ ਵੀ ਸੋ, ਸਾਰੇ ਮਾਮਲਾਤ ਹੁੰਦੇ ਸਨ। ਠੀਕ ਹੈ, ਅਤੇ ਉਹਨਾਂ ਬਾਰਹਾ ਜਿਹੜੀ ਭਰਿਆ ਪੰਚਾਇਤ ਵੀ ਹੋਈ, ਸਾਰਾ ਕੁਛ ਹੋਇਆ, ਲੇਕਿਨ ਉਹਨਾਂ ਇਹ ਇਲਜ਼ਾਮ ਲਗਾਏ, ਉਹਨਾਂ ਕਿਹਾ ਜੀ ਸਾਡੇ ਨਾਲ ਜ਼ਿਆਦਤੀ ਹੋਈ। ਠੀਕ ਹੈ ਜੀ, ਅਗਰ ਤਾਂ ਉਹਨਾਂ ਗੈਰਤ ਦੇ ਨਾਂ 'ਤੇ ਕਤਲ ਕੀਤਾ ਜਾਂ ਉਹਨਾਂ ਨਾਲ ਜ਼ਿਆਦਤੀ ਹੋਈ ਹੈ, ਅਤੇ ਫਿਰ ਵੀ ਤੁਸੀਂ ਦੱਸੋ ਅਗਰ ਇਸ ਗੱਲ ਦੇ ਪਿੱਛੇ ਅਸਲੀ ਹਕਾਇਕ ਕੀ ਨੇ ਉਹ ਤੁਸੀਂ ਸਾਡੇ ਸਾਹਮਣੇ ਦੱਸੋ। ਅਸਲੀ ਹਕਾਇਤ ਇਹ ਨੇ ਕਿ ਇਹ ਜਿਹੜੀ ਹੈ ਨਾ ਪਹਿਲਾਂ ਵੀ ਸ਼ਾਦੀ ਸ਼ੁਦਾ ਸੀ, ਲਾਹੌਰ ਦੀ ਸ਼ਾਦੀ ਹੋਈ ਸੀ, ਅਤੇ ਉਸ ਮੀਆਂ 'ਤੇ ਇਲਜ਼ਾਮ ਲਾਉਂਦੀ ਸੀ ਕਿ ਇਹਨੇ ਕੁੜੀਆਂ ਰੱਖੀਆਂ ਨੇ, ਇਹਨੇ ਕੁੜੀਆਂ ਰੱਖੀਆਂ ਨੇ, ਅਤੇ ਉਸ ਮੁੰਡੇ ਨੇ ਨਾ ਇਹਦੇ ਨਾਲ ਮੋਬਾਈਲਾਂ ਦੇ ਵਿੱਚੋਂ ਮੁੰਡਿਆਂ ਦੇ ਨੰਬਰ ਕੱਢੇ ਸਨ, ਇਹ ਮੁੰਡਿਆਂ ਨਾਲ ਗੱਲਾਂ ਕਰਦੀ ਸੀ, ਫਿਰ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ, ਇਹ ਮਾਮਲਾਤ ਨੇ, ਅਤੇ ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਆਪਣੀ ਬਹੂ ਜਿਹੜੀ ਸੀ ਤੁਹਾਡੀ ਉਹਦੇ 'ਤੇ ਕੀ ਜ਼ੁਲਮ ਕਰਦੇ ਸੋ, ਜ਼ਿਆਦਤੀ ਕਰਦੇ ਸੋ, ਉਹਨਾਂ 'ਤੇ ਕਿਹਾ ਵੀ ਤੁਹਾਨੂੰ ਤੁਸੀਂ ਉਹਨਾਂ 'ਤੇ ਜ਼ੁਲਮ ਹੀ ਕਰਦੇ ਸੋ, ਮਾਰਦੇ ਵੀ ਸੋ, ਸਾਰੇ ਮਾਮਲਾਤ ਹੁੰਦੇ ਸਨ। ਠੀਕ ਹੈ, ਅਤੇ ਉਹਨਾਂ ਬਾਰਹਾ ਜਿਹੜੀ ਭਰਿਆ ਪੰਚਾਇਤ ਵੀ ਹੋਈ, ਸਾਰਾ ਕੁਛ ਹੋਇਆ, ਲੇਕਿਨ ਉਹਨਾਂ ਇਹ ਇਲਜ਼ਾਮ ਲਗਾਏ, ਉਹਨਾਂ ਕਿਹਾ ਜੀ ਸਾਡੇ ਨਾਲ ਜ਼ਿਆਦਤੀ ਹੋਈ। ਠੀਕ ਹੈ ਜੀ, ਅਗਰ ਤਾਂ ਉਹਨਾਂ ਗੈਰਤ ਦੇ ਨਾਂ 'ਤੇ ਕਤਲ ਕੀਤਾ ਜਾਂ ਉਹਨਾਂ ਨਾਲ ਜ਼ਿਆਦਤੀ ਹੋਈ ਹੈ, ਅਤੇ ਫਿਰ ਵੀ ਤੁਸੀਂ ਦੱਸੋ ਅਗਰ ਇਸ ਗੱਲ ਦੇ ਪਿੱਛੇ ਅਸਲੀ ਹਕਾਇਕ ਕੀ ਨੇ ਉਹ ਤੁਸੀਂ ਸਾਡੇ ਸਾਹਮਣੇ ਦੱਸੋ। ਅਸਲੀ ਹਕਾਇਤ ਇਹ ਨੇ ਕਿ ਇਹ ਜਿਹੜੀ ਹੈ ਨਾ ਪਹਿਲਾਂ ਵੀ ਸ਼ਾਦੀ ਸ਼ੁਦਾ ਸੀ, ਲਾਹੌਰ ਦੀ ਸ਼ਾਦੀ ਹੋਈ ਸੀ, ਅਤੇ ਉਸ ਮੀਆਂ 'ਤੇ ਇਲਜ਼ਾਮ ਲਾਉਂਦੀ ਸੀ ਕਿ ਇਹਨੇ ਕੁੜੀਆਂ ਰੱਖੀਆਂ ਨੇ, ਇਹਨੇ ਕੁੜੀਆਂ ਰੱਖੀਆਂ ਨੇ, ਅਤੇ ਉਸ ਮੁੰਡੇ ਨੇ ਨਾ ਇਹਦੇ ਨਾਲ ਮੋਬਾਈਲਾਂ ਦੇ ਵਿੱਚੋਂ ਮੁੰਡਿਆਂ ਦੇ ਨੰਬਰ ਕੱਢੇ ਸਨ, ਇਹ ਮੁੰਡਿਆਂ ਨਾਲ ਗੱਲਾਂ ਕਰਦੀ ਸੀ, ਫਿਰ ਉਹਦੇ ਯਾਰਾਂ ਨਾਲ ਗੱਲਾਂ ਕਰਨ ਲੱਗ ਪਈ, ਫਿਰ ਉਹਨਾਂ ਨੇ ਕਿਹਾ ਜੀ ਇਹ ਸਾਡੇ ਬਾਰੇ 'ਚ ਨਹੀਂ, ਇਹਨੂੰ ਲੈ ਜਾਓ, ਉਹਨਾਂ ਨੇ ਤਲਾਕ ਦੇ ਦਿੱਤੀ। ਫਿਰ ਮੇਰੇ ਮੁੰਡੇ ਨੂੰ ਇਹਨਾਂ ਦੇ ਹੱਥਾਂ 'ਤੇ ਪਾ ਲਿਆ, ਮੈਂ ਆਪਣੇ ਮੁੰਡੇ ਨੂੰ ਲਾਉਂਦੀ ਸੀ ਮੈਂ ਸਾਡੇ ਨਾਲ ਸ਼ਾਦੀ ਨਹੀਂ ਕਰਨੀ, ਅਤੇ ਕਹਿੰਦਾ ਸੀ ਅੰਮੀ ਉਹ ਰਾਬਾ ਮਰ ਗਿਆ ਅਤੇ ਚਲੋ ਅਸੀਂ ਅਗਾਹ ਹੋ ਵੀ ਕਰ ਲੈਂਦੇ ਹਾਂ। ਮੇਰੇ ਮੁੰਡੇ ਨੇ ਇਹਦੇ ਨਾਲ ਸ਼ਾਦੀ ਕੀਤੀ, ਮੇਰਾ ਮੁੰਡਾ ਕੋਈ ਇਹਦੇ 'ਤੇ ਜ਼ੁਲਮ ਨਹੀਂ ਕਰਦਾ ਰਿਹਾ, ਕੋਈ ਕੁਝ ਨਹੀਂ ਕਰਦਾ ਰਿਹਾ, ਇਹ ਸਭ ਝੂਠ ਬੋਲਦੀ ਹੈ, ਗੱਡੀ ਤੋਂ ਬਗੈਰ ਮੇਰਾ ਮੁੰਡਿਆਂ ਨੂੰ ਲੈ ਕੇ ਨਹੀਂ ਸੀ ਜਾਂਦਾ, ਮੇਰੇ ਤੋਂ ਚੋਰੀਆਂ ਨੂੰ ਯਾਸ਼ੀਆਂ ਕਰਾਉਂਦਾ ਸੀ, ਸਾਰਾ ਕੁਝ ਕਰਾਉਂਦਾ ਸੀ, ਅਤੇ ਗੈਰਤ ਦੇ ਨਾਂ 'ਤੇ ਮਾਰੀ ਨੇ ਨਾ ਅਤੇ ਆਪਣੀ ਨੂੰਹ ਨੂੰ ਮਾਰਦੇ, ਇਹ ਤਾਂ ਬਗੈਰਤੀ ਦੇ ਨਾਂ 'ਤੇ ਮੇਰਾ ਪੁੱਤਰ ਮਾਰ ਸੜਿਆ ਨੇ, ਇਹਨਾਂ ਦੀ ਗੈਰਤ ਜਾਗਦੀ, ਨੂੰਹ ਨੂੰ ਮਾਰਦੇ, ਧੀ ਨੂੰ ਮਾਰਦੇ, ਜਿਹਦੇ ਯਾਰਾਂ 'ਚ ਵੀ ਆਪਣੇ ਘਰੋਂ ਨਿਕਲਦੀ ਨਹੀਂ ਅਤੇ ਸਹੁਰਿਆਂ ਘਰ ਜਾਂਦੀ ਨਹੀਂ ਸੀ, ਜੋ ਕੁਝ ਇਹਨੂੰ ਅੰਮਾ ਦੇ ਘਰ ਲੱਭਦਾ ਸੀ, ਬਾਹਰ ਬੈਠਕ ਦੇ ਵਿੱਚ ਬਹਿ ਕੇ ਬਾਰੀਆਂ 'ਚ ਮੁੰਡਿਆਂ ਨੂੰ ਵੇਖਦੀ ਸੀ ਅਤੇ ਫੋਨ ਕਰਦੀ ਸੀ, ਉਹ ਸਾਡੇ ਘਰ ਨਹੀਂ ਸੀ ਉਹਨੂੰ ਲੱਭਦਾ, ਤਾਂ ਜੀ ਸਾਡੇ ਘਰ ਟਿਕਦੀ ਨਹੀਂ ਸੀ, ਮੁੰਡਿਆਂ ਦਾ ਕੇਸ ਅਸਾਂ ਕੀਤਾ, ਸਾਡੀ ਸੁਲਾਹ ਹੋਈ ਹੈ, ਸਾਰਾ ਕੁਝ ਹੋਇਆ, ਇਹਨੇ ਘਰ ਜਾਣਾ ਸੀ, ਇਹਨੇ ਤਮਾਸ਼ਾ ਲਾ ਲਿਆ ਸੀ, ਕਿਉਂਕਿ ਘਰ ਜਾ ਕੇ ਇਹਨੂੰ ਉਹ ਚੀਜ਼ਾਂ ਨਹੀਂ ਸਨ ਲੱਭਣੀਆਂ। ਅੱਛਾ, ਉਹਨਾਂ ਨੇ ਇਲਜ਼ਾਮ ਲਗਾਇਆ ਵੇ ਕਿ ਜਿਸ ਟਾਈਮ ਤੁਹਾਡੇ ਬੱਚੇ ਨੂੰ ਇਹਤਸ਼ਾਮ ਨੂੰ ਕਤਲ ਕਰ ਦਿੱਤਾ ਗਿਆ, ਉਸ ਤੋਂ ਬਾਅਦ
ਉਹ ਕਹਿੰਦੀ ਹੈ ਜੀ ਮੈਨੂੰ ਆਪਣੇ ਸ਼ੋਹਰ ਦਾ ਮੂੰਹ ਵੀ ਨਹੀਂ ਦਿਖਾਇਆ ਗਿਆ ਜਾਂ ਕੋਈ ਮਾਮਲਾਤ ਨਹੀਂ ਹੋਈ ਗਿਆ, ਮੈਂ ਆਈ ਵੀ ਅਤੇ ਇਹਨਾਂ ਮੈਨੂੰ ਰੋਕ ਦਿੱਤਾ, ਇਹਨਾਂ ਮੇਰੇ ਨਾਲ ਜ਼ੁਲਮ ਕੀਤਾ, ਜਬਰ ਕੀਤਾ, ਮੇਰੇ 'ਤੇ ਤਸ਼ੱਦਦ ਕੀਤਾ, ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ ਸਾਰੇ ਬਕਵਾਸ ਕਰਦੀ ਹੈ, ਸਾਡੇ ਬੂਹੇ 'ਤੇ ਕੋਈ ਬੰਦਾ ਨਹੀਂ ਆਇਆ, ਉਸ ਟਾਈਮ ਇਹਨਾਂ ਦੇ ਮੁੰਡੇ ਨੇ ਆ ਕੇ ਲੜਕੜਾ ਮਾਰਿਆ, ਅਸੀਂ ਇੱਥੇ ਸ਼ਾਮ ਨੂੰ ਮਾਰ ਆਇਆ, ਅਸੀਂ ਕਿੱਤਲਕਾਰ ਆਇਆ, ਇਹ ਸਾਰਾ ਟੱਬਰ ਉਸ ਟਾਈਮ ਨਾਲ ਕੁੰਡੀਆਂ ਜਾਂਦੇ ਆ ਮਾਰ ਕੇ, ਇਹਨਾਂ ਨੇ ਆਈ ਚੀਜ਼ ਉੱਥੇ ਛੱਡੀਏ, ਤਾਲੇ ਮਾਰ ਕੇ ਨੱਸ ਗਏ ਨੇ, ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ, ਚਾਚੀਆਂ ਵਿੱਚੋਂ, ਕਿਸੇ ਬੰਦੇ ਵਿੱਚੋਂ ਸਾਡੇ ਘਰ ਕੋਈ ਬੰਦਾ ਨਹੀਂ ਆਇਆ, ਅਤੇ ਇਹ ਤਾਂ ਸਾਰਾ ਬਕਵਾਸ ਕਰਦੀ, ਇਹ ਤਾਂ ਸਾਡੇ ਘਰ ਆਈ ਕੋਈ ਨਹੀਂ ਗਿਆ ਹੈ, ਉਸ ਟਾਈਮ ਇਹ ਤਾਂ ਨੱਸ ਗਏ ਸਨ, ਇਹਨਾਂ ਉੱਤੇ ਆਪਣੀ ਪੈ ਗਈ ਸੀ, ਸਾਰਾ ਬਕਵਾਸ ਕਰਦੇ, ਝੂਠ ਬੋਲਦੇ। ਅੱਛਾ, ਇਹਨਾਂ ਨੇ ਇੱਕ ਤੁਹਾਡੀ ਬਹੂ ਦੀ ਜਿਹੜੀ ਹੈ ਉਹ ਇਹਤਸ਼ਾਮ ਦੀ ਜਿਹੜੀ ਸਾਬਕਾ ਬੀਵੀ ਸੀ ਜਿਹਨੇ ਤਲਾਕ ਇਹਤਸ਼ਾਮ ਕੋਲ ਲਈ, ਉਹਨੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਠੀਕ ਹੈ ਜੀ ਨਿਊਜ਼ ਐਂਕਰ ਨਾਲ ਇਹ ਗੁਫ਼ਤਗੂ ਕਰਦਿਆਂ ਹੋਇਆ ਗੱਲਬਾਤ ਕੀਤੀ ਕਿ ਵੀ ਜਿਸ ਟਾਈਮ ਇਹਤਸ਼ਾਮ ਦਾ ਕਤਲ ਹੋ ਗਿਆ ਤੁਸੀਂ ਉਹਨੂੰ ਮੂੰਹ ਵੀ ਨਹੀਂ ਵੇਖਣ ਦਿੱਤਾ ਜਾਂ ਫਿਰ ਉਹਦੇ 'ਤੇ ਤਸ਼ੱਦਦ ਕੀਤਾ, ਉਹਨੂੰ ਮਾਰਿਆ, ਅਤੇ ਇਹ ਸਾਰੇ ਮਾਮਲਾਤ ਦੇ ਪਿੱਛੇ ਅਸਲੀ ਹਕਾਇਕ ਕੀ ਨੇ? ਅਸਲੀ ਕਰਕੇ ਇਹ ਨੇ ਕਿ ਵੀ ਇਹ ਜਿਹੜੇ ਨੇ ਨਾ ਇਹਤਸ਼ਾਮ ਨੂੰ ਅੱਛਾ ਸਮਝਦੀ ਨਹੀਂ ਸੀ ਸ਼ੁਰੂ ਤੋਂ, ਅਤੇ ਇਹਤਸ਼ਾਮ ਨੂੰ ਕੋਲ ਕਿੱਥੇ ਆਉਣਾ ਆਉਣੇ ਇਹਨਾਂ ਨੂੰ, ਅਤੇ ਉਸ ਵੇਲੇ ਆਪਣੀ ਪੈ ਗਈ ਸੀ ਅਤੇ ਸਾਨੂੰ ਆਪਣੀ ਪਈ ਸੀ, ਅਸੀਂ ਇਹਨੂੰ ਕਿਉਂ ਮਾਰ ਕੁੱਟ ਕੇ ਬਾਹਰ ਕਰਨਾ, ਇਹਨਾਂ ਤਸ਼ੱਦਦ ਕਰਨਾ ਸੀ, ਇਹ ਤਾਂ ਇਹਨਾਂ ਦੇ ਵਿੱਚੋਂ ਤਾਂ ਸਾਡੇ ਘਰ ਕੋਈ ਬੰਦਾ ਆਏ ਕੋਈ ਨਹੀਂ ਹੈ, ਇਹਨਾਂ ਦੇ ਭਰਾ ਨੇ। ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇਹਨਾਂ ਨੂੰ ਆਪਣੀ ਪੈ ਗਈ ਸੀ? ਜੀ ਹਾਂ, ਇਹਨਾਂ ਨੂੰ ਆਪਣੀ ਪੈ ਗਈ ਸੀ। ਕੀ ਇਹ ਇਹਤਸ਼ਾਮ ਨੂੰ ਕਤਲ ਕਰਾਉਣ ਪਿੱਛੇ ਇਹ ਸਹੂਲਤ ਦੇ ਯਾਰ ਜੀ? ਇਹ ਸਹੂਲਤ ਦੇ ਯਾਰ ਕਿ ਇਹਨੇ ਆਪਣੇ ਭਰਾਵਾਂ ਨਾਲ ਰਲ ਕੇ ਇਹਨਾਂ 'ਤੇ ਮੇਰੇ ਪੁੱਤਰ ਨੂੰ ਮਰਵਾਇਆ, ਇਹ ਜਿਹੜੀ ਹੈ ਨਾ ਇਹ ਉਹਦੇ ਕੋਲ ਵੱਸਦੀ ਕੁੜੀ ਸੀ, ਇਹ ਮੇਰੇ ਪੁੱਤਰ ਕੋਲ ਇਹਦੇ ਸਾਰੇ ਸਬੂਤ ਸਨ ਜਿਹੜੇ ਜਿਹੜੇ ਬੰਦਿਆਂ ਨਾਲ ਮੁੰਡਿਆਂ ਨਾਲ ਗੱਲਾਂ ਕਰਦੇ ਸੀ, ਅਤੇ ਉਹਨੇ ਕਿਹਾ ਸੀ ਕਿ ਇਹਨਾਂ ਨੇ ਕਿਹਾ ਸੀ ਅਸੀਂ ਪਰਿਆ ਲੈ ਕੇ ਆਉਣੀ, ਉਹਨੇ ਕਿਹਾ ਪਰਿਆ ਲੈ ਆਵੋ ਮੇਰੇ ਕੋਲ ਸਾਰੇ ਸਬੂਤ ਨੇ, ਮੈਂ ਸਬੂਤ ਸਾਰੇ ਜ਼ਾਹਰ ਕਰਾਂਗਾ, ਅਤੇ ਇਹਨਾਂ ਨੇ ਇਸ ਵਜ੍ਹਾ ਤੋਂ ਉਹਨੂੰ ਨਾ ਮਾਰ ਛੜਿਆ ਕਿ ਸਾਡੀ ਧੀ ਦੇ ਭੈਣ ਦੇ ਸਬੂਤ ਜ਼ਾਹਰ ਹੋਣੇ ਨੇ, ਅਤੇ ਇਹ ਤਾਂ ਹੈ ਹੀ ਬਗੈਰਤ ਨੇ, ਇਹਨਾਂ ਦੁਕਾਨ ਦੇ ਉੱਤੇ ਨਸ਼ਾ ਵੀ ਵੇਚਦੇ ਨੇ, ਸਾਰਾ ਕੁਝ ਕਰਦੇ ਨੇ, ਆਪ ਵੀ ਨਸ਼ਾ ਕਰਦੇ ਨੇ, ਮੇਰੇ ਪੁੱਤਰ ਦੇ ਗਲਤ ਇਲਜ਼ਾਮ ਲਾਉਂਦੇ ਨੇ, ਠੀਕ ਹੈ, ਲੋਕਾਂ ਦੇ ਹੱਥੀ ਪੈਂਦੇ ਨੇ, ਇਹਨਾਂ ਦਾ ਮੁੰਡਾ ਜਿਹੜੀ ਕੁੜੀ ਇਹਨਾਂ ਦੇ ਪਿੱਛੇ ਨਿਕਲ ਕੇ ਆਈ ਸੀ ਨਹਿਲਾ, ਉਹਦੇ ਪਿੱਛੇ ਇਹਨਾਂ ਦੇ ਮੁੰਡੇ ਨੇ ਛੁਰੀਆਂ ਖਾਧੀਆਂ, ਇਹਨਾਂ ਦੇ ਜਿਹਨਾਂ ਜੁਲਾਂ ਕੱਟੀਆਂ, ਸਾਰਾ ਕੁਝ ਕੀਤਾ, ਇਹ ਤਾਂ ਆਪ ਹੀ ਇੰਝ ਦੇ ਨੇ, ਮੇਰਾ ਦੇ ਪੁੱਤਰ ਆਈ ਬਿਲਕੁਲ ਸਹੀ ਸੀ ਜਿਹਦੇ 'ਤੇ ਇਹਨਾਂ ਨੇ ਇਲਜ਼ਾਮ ਲਾਏ ਨੇ, ਉਹ ਗਲਤ ਨਹੀਂ ਸੀ, ਹੈ ਇਹਨਾਂ ਨੂੰ ਆਦੇ ਤਾਂ ਹਰ ਬੰਦੇ ਦੀ ਹੱਥੀ ਪੈਣਾ, ਅਤੇ ਹਰ ਬੰਦੇ ਤੋਂ ਕਈਆਂ ਨੂੰ ਕਤਲ ਕਰਨਾ, ਅਤੇ ਕਈਆਂ ਦਾ ਇੰਝ ਕਰਕੇ ਤਾਂ ਇਹਨਾਂ ਦੇ ਬਣ ਗਏ ਨੇ ਇਹਨਾਂ ਦੇ ਮਨਸੂਬੇ। ਅੱਛਾ, ਮੈਂ ਜਿਸ ਟਾਈਮ ਇੱਥੇ ਆਇਆ ਗੁਜਰਾਤ ਦੇ ਵਿੱਚ, ਅਤੇ ਇੱਥੋਂ ਮੈਂ ਪਤਾ ਕੀਤਾ ਹੈ ਅਤੇ ਕੁਛ ਅਫਰਾਦ ਨੇ ਦੱਸਿਆ ਕਿ ਅੱਜ ਤੋਂ ਪਹਿਲੇ ਵੀ ਇਹ ਕਾਫੀ ਦਫ਼ਾ ਗ੍ਰਿਫਤਾਰ ਵੀ ਹੋਏ, ਲੇਕਿਨ ਇਹ ਛੁੱਟ ਜਾਂਦੇ ਰਹੇ, ਉਹਨਾਂ ਦੇ ਬਾਰੇ 'ਚ ਕੀ ਹਕਾਇਕ ਨੇ? ਉਹਨਾਂ ਦੇ ਬਾਰੇ 'ਚ ਹਕਾਇਕ ਇਹ ਨੇ ਕਿ ਵੀ ਇਹਨਾਂ ਨੂੰ ਇਹਨਾਂ ਲੱਗ ਨਹੀਂ ਆਉਂਦੇ, ਅਤੇ ਹਰ ਬੰਦੇ ਦੀ ਹੱਥੀ ਭੈਣਾ, ਹਰ ਬੰਦੇ ਨੂੰ ਮਾਰਨਾ, ਪੈਸੇ ਲਾਉਂਦੇ ਨੇ, ਪੈਸਾ ਇਹਨਾਂ ਕੋਲ ਬੜਾ ਨਾ, ਉਹਨਾਂ ਨੂੰ ਪੈਸੇ ਦੀ ਖੁਮਾਰ ਹੀ ਗਏ, ਇਹ ਹੁਣੀ ਪੈਸੇ ਪਿਲਾਉਂਦੇ ਨੇ, ਅਤੇ ਸਾਨੂੰ ਕਹਿੰਦੇ ਨੇ ਜੀ ਇਹ ਪੈਸਾ ਕਿੱਥੋਂ ਪਿਲਾਉਂਦੀ ਹੈ, ਇਹ ਪਿੱਛੇ ਕੌਣ ਟੁਰਨ ਵਾਲਾ, ਅਤੇ ਮੇਰੇ ਇਹਨਾਂ ਨਾ ਕੇ ਨਹੀਂ, ਹਾਲਾ ਜੀ ਜੀ ਨੇ ਕਿਹਾ ਕਿ ਇਹ ਅੱਲਾ ਵਾਸਤੇ, ਇਹਦੇ ਪਿੱਛੇ ਅੱਲਾ ਪੈਂਦਾ, ਉਹ ਪੈਸਾ ਇੱਕ ਵੀ ਨਹੀਂ ਜੇ ਪਿਲਾਉਂਦੀ, ਨਹੀਂ ਸਾਨੂੰ ਪਤਾ ਲੱਗਿਆ ਕਿ ਉਹਨੇ ਆਖਿਆ ਨਾ ਭਰਾ ਉਹਦੇ ਨਾਲ ਘਟੁਰਦੇ ਨੇ। ਤੁਸੀਂ ਅਦਾਲਤ 'ਚ ਪੇਸ਼ ਹੋਏ, ਪੇਸ਼ ਹੋਣ ਤੋਂ ਬਾਅਦ ਅਦਾਲਤ ਨੇ ਆਰਡਰ ਕਰ ਦਿੱਤੇ ਬੰਦਿਆਂ ਦੀ ਗ੍ਰਿਫਤਾਰੀ ਦੇ, ਠੀਕ ਹੈ ਜੀ, ਮੁਜਰਮ ਸਾਬਤ ਹੋ ਗਏ, ਅਤੇ ਇੱਕ ਬੰਦਾ ਗ੍ਰਿਫਤਾਰ ਹੋਇਆ, ਉਸ ਤੋਂ ਬਾਅਦ ਉਹਦੀ ਤਫਤੀਸ਼ ਜਾਰੀ ਹੈ ਜਾਂ ਫਿਰ ਜਿਹੜੇ ਦੂਸਰੇ ਅਫਰਾਦ ਨੇ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਉਹਦੇ ਬਾਰੇ 'ਚ ਤੁਹਾਡਾ ਰਾਬਤਾ ਹੋਇਆ ਤਫਤੀਸ਼ੀ ਅਫਸਰ ਨਾਲ? ਤਫਤੀਸ਼ੀ ਅਫਸਰ ਨਾਲ ਸਾਡਾ ਰਾਬਤਾ ਹੋਇਆ, ਅਸੀਂ ਉਹਨੂੰ ਕਿਹਾ ਕਿ ਤੂੰ ਕਿਉਂ ਰੁਪਿਆ ਬੰਦੇ ਫੜਦਾ, ਅਤੇ ਉਹ ਸਾਨੂੰ ਕਹਿੰਦਾ ਜੀ ਤੁਸੀਂ ਨਾ ਚਲੋ ਅਤੇ ਸਾਨੂੰ ਬੰਦੇ ਫੜਾ ਸਕੋ। ਅੱਛਾ, ਇਹਨਾਂ ਦਾ ਮਤਲਬ ਇਹ ਕਿ ਵੀ ਉੱਥੇ ਜੇ ਵੇਲੇ ਜੱਜ ਵਕੀਲ ਸਾਡੇ ਨੇ ਕਿਹਾ ਕਿ ਵੀ ਹੁਣ ਆਰਡਰ ਹੋਣਾ ਅਤੇ ਤੂੰ ਇਹ ਮੁਲਜ਼ਮਾਂ ਨੂੰ ਬਾਹਰ ਨਹੀਂ ਨੱਸਣ ਦੇਣਾ, ਕਹਿੰਦਾ ਨਹੀਂ ਮੈਂ ਨਹੀਂ ਨੱਸਣ ਦਿੰਦਾ, ਹੋਰ ਰਾਹ ਦੇ ਵਿੱਚੋਂ ਨੱਸ ਜਾ ਤਾਂ ਵੱਖਰੀ ਗੱਲ ਹੈ, ਇਹ ਕਿਉਂ ਹੈ ਇਹਨੇ ਪੈਸਾ ਲੈ ਕੇ ਖਾਧਾ ਅਤੇ ਤਾਂ ਹੀ ਆਉਂਦੇ ਪਿਆ ਕਰਦਾ ਵੇ ਨਾ, ਸਾਡੇ ਨਾਲ ਟੁਰਦਾ ਹੀ ਨਹੀਂ ਪਿਆ, ਵੀ ਕੋਈ ਗੱਲ ਫੜਾਉਂਦਾ ਹੈ ਨਹੀਂ, ਹੁਣ ਕਹਿੰਦਾ ਸਾਨੂੰ ਉਹਨਾਂ ਦੇ ਨਾਲ ਤੁਸੀਂ ਚੱਲੋ ਅਤੇ ਸਾਨੂੰ ਦੱਸ ਅਸੀਂ ਫੜ ਲੈਂਦੇ ਹਾਂ, ਸਾਨੂੰ ਆਰਡਰ ਨਹੀਂ ਅੰਦਰ ਜਾਣ ਦੇ, ਆਰਡਰ ਕਿਉਂ ਨਹੀਂ ਇਹਨਾਂ ਨੂੰ ਅੰਦਰ ਜਾਣ ਦੇ, ਜਦ ਜੀ ਤਰਫੋਂ ਇਹਨਾਂ ਨੂੰ ਆਰਡਰ ਹੋਏ ਨੇ ਅੰਦਰ ਕਿਉਂ ਨਹੀਂ ਜਾ ਸਕਦੇ, ਕਿਉਂ ਨਹੀਂ ਕੱਢ ਸਕਦੇ ਬੰਦੇ ਨੂੰ, ਅਤੇ ਬੰਦਾ ਵੀ ਇਹ ਜੀ ਸਾਲੀ ਦੇ ਘਰ ਹੈ ਅੰਦਰ, ਇਹ ਉਹਨਾਂ ਨੇ ਬਾਹਰੋਂ ਤਾਲੇ ਲਾਏ ਨੇ, ਆਪੋ ਉੱਥੇ ਟੁਰ ਗਏ ਨੇ, ਸਾਨੂੰ ਪੂਰੇ ਪੂਰੇ ਬੰਦੇ ਨੇ ਦੱਸਿਆ। ਨਹੀਂ ਹੈ ਜਿਸ ਟਾਈਮ ਔਰ ਜੀ ਹਕਾਇਕ ਦੇ ਬਾਰੇ ਦੱਸੋ ਕਿ ਨਾਸਰ ਖਾਨ ਨੇ ਤੁਹਾਡੇ ਨਾਲ ਵੀ ਕੋਈ ਪੈਸਿਆਂ ਦੀ ਜਿਹੜੀ ਡਿਮਾਂਡ ਕੀਤੀ ਸੀ ਉਹਦੇ ਬਾਰੇ 'ਚ ਕੀ ਹਕਾਇਕ, ਇਹਨੇ ਕੋਈ ਪੈਸੇ ਵਗੈਰਾ ਦੀ ਡਿਮਾਂਡ ਕੀਤੀ
ਜਦੋਂ ਇਨਕਾਰ ਕੀਤਾ ਤੇ ਇਹਨੇ ਕੀ ਕਿਹਾ ਕਿ ਬੰਦੇ ਮੈਂ ਗ੍ਰਿਫਤਾਰ ਤਾਂ ਕਰਾਂਗਾ ਕਿ ਪੈਸੇ ਤੁਹਾਨੂੰ ਤੁਸੀਂ ਦਿਓ ਤੇ ਫਿਰ ਜੀ ਇਹਨੇ ਕਿਹਾ ਕਿ ਪੈਸਾ ਜਿਹੜਾ ਸਾਰਾ ਕੁਝ ਕਰਾਉਂਦਾ ਪੈਸੇ ਤੁਸੀਂ ਦਿਓਗੇ ਤੇ ਅਸੀਂ ਇਹਨਾਂ ਨਾਲ ਕਿ ਗ੍ਰਿਫਤਾਰ ਕਰ ਲਾਂਗੇ ਕਿਉਂਕਿ ਉਹਨਾਂ ਕੋਲ ਇਹਨੂੰ ਪੈਸੇ ਵੀ ਲੱਗਦੇ ਨੇ ਨਾ ਹੁਣ ਸਾਨੂੰ ਕਿਹਾ ਨਾ ਅਸੀਂ 1,00,000 ਰੁਪਇਆ ਦੇ ਕੇ ਤੇ ਅਸੀਂ ਦਿਮਾਂਡ ਤੇ ਮੁੰਡੇ ਦੀ ਕਰਾ ਲਈਏ ਉਹ ਪੈਸੇ ਵੀ ਲਾਉਂਦੇ ਨੇ ਨਾ ਤਾਂ ਵਾਸਤੇ ਸਾਡੇ ਨਾਲ ਟੁਰਦੇ ਨਹੀਂ ਪਏ ਹੈ ਨਾ ਚੱਲ ਹਾਂ ਕਹਿੰਦੇ ਸਾਨੂੰ ਕੋਈ ਕਹਿੰਦੇ ਪੈਸਾ ਜਿਹੜਾ ਸਾਰਾ ਕੁਝ ਕਰਾਉਂਦਾ ਪੈਸੇ ਤੁਸੀਂ ਦਿਓਗੇ ਤੇ ਅਸੀਂ ਇਹਨਾਂ ਨਾਲ ਕਿ ਗ੍ਰਿਫਤਾਰ ਕਰ ਲਾਂਗੇ ਕਿਉਂਕਿ ਉਹਨਾਂ ਕੋਲ ਇਹਨੂੰ ਪੈਸੇ ਵੀ ਲੱਗਦੇ ਨੇ ਨਾ ਹੁਣ ਸਾਨੂੰ ਕਿਹਾ ਨਾ ਅਸੀਂ 1,00,000 ਰੁਪਇਆ ਦੇ ਕੇ ਤੇ ਅਸੀਂ ਦਿਮਾਂਡ ਤੇ ਮੁੰਡੇ ਦੀ ਕਰਾ ਲਈਏ ਉਹ ਪੈਸੇ ਵੀ ਲਾਉਂਦੇ ਨੇ ਨਾ ਤਾਂ ਵਾਸਤੇ ਸਾਡੇ ਨਾਲ ਟੁਰਦੇ ਨਹੀਂ ਪਏ ਹੈ ਨਾ ਚੱਲ ਹਾਂ ਕਹਿੰਦੇ ਸਾਨੂੰ ਕੋਈ ਘਾਤਾਂ ਦੱਸਦਾ ਕਦੇ ਕੋਈ ਘਾਤਾਂ ਸੁਣਾਉਂਦਾ ਅੱਛਾ ਇੱਕ ਹੋਰ ਗੱਲ ਦਾ ਪਤਾ ਚੱਲਿਆ ਕਿ ਇਹ ਵੀ ਸੁਣਨ ਚ ਆਉਂਦਾ ਪਿਆ ਕਿ ਇਹ ਜਿਹੜਾ ਕੇਸ ਹੈ ਇੱਥੇ ਹੀ ਬੰਦ ਹੋ ਜਾਏਗਾ ਕੁਛ ਅਰਸਾ ਬਾਅਦ ਤੁਸੀਂ ਉਹਨਾਂ ਕੋਈ ਤੁਹਾਨੂੰ ਆਫਰ ਕੀਤੀ ਹੈ ਤੁਸੀਂ ਪੈਸੇ ਉਹ ਕਬੂਲ ਕਰਨ ਦੀ ਗੱਲ ਕੀਤੀ ਹੈ ਕੁਛ ਬੰਦੇ ਕਹਿੰਦੇ ਨੇ ਜਿਹੜੇ ਬਾਵਸੂਕ ਤਰੀਕੇ ਨਾਲ ਸਾਨੂੰ ਪਤਾ ਚੱਲੇ ਇਤਲਾਹ ਮਿਲੀ ਔਰ ਇਹਦੇ ਬਾਰੇ 'ਚ ਦੱਸੋ ਕੀ ਹਕਾਇਕ ਨੇ ਕਿਉਂਕਿ ਸਾਨੂੰ ਇਹ ਪਤਾ ਚੱਲਿਆ ਉਹਨਾਂ ਦਾ ਕੋਈ ਦੁਕਾਨ ਹੈ ਜਿਹੜੀ ਉਹ ਸੇਲ ਕਰਕੇ ਪੈਸੇ ਦੇਣਦੇ ਤਾਂ ਤੁਸੀਂ ਰਾਜ਼ੀਨਾਮਾ ਲਿਖ ਕੇ ਦੇ ਦਿਓ ਉਹਦੇ ਕਿ ਅੱਜ ਤੱਕ ਜਿਤਨੇ ਵੀ ਕਤਲ ਹੋਏ ਨੇ ਜਾਂ ਕੋਈ ਪੈਸਾ ਦੇ ਕੇ ਰਾਜ਼ੀਨਾਮਾ ਕਰਨ ਨਾਲ ਤੁਹਾਨੂੰ ਤੁਹਾਡਾ ਬੱਚਾ ਮਿਲ ਜਾਏਗਾ ਜਾਂ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਇਹ ਬਦਬਖਤ ਲੋਕ ਜਿਹੜੇ ਖੁਦ ਨੂੰ ਉਜਾੜ ਦਿੰਦੇ ਨੇ ਅਤੇ ਉਹਨਾਂ ਮਾਵਾਂ ਨੂੰ ਇਨਸਾਫ ਕਿਉਂ ਨਹੀਂ ਲੱਭਦਾ ਕੀ ਇਹ ਪੈਸਿਆਂ ਦਾ ਕਿਸ ਵਜ੍ਹਾ ਤੋਂ ਪੈਸਿਆਂ ਦਾ ਜ਼ਿਕਰ ਕਰਦੇ ਨੇ ਉਹ ਕਿਸ ਬਾਰੇ 'ਚ ਕਹਿੰਦੇ ਨੇ ਕਿ ਅਸੀਂ ਪੈਸੇ ਦਿਆਂਗੇ ਸੁਲਾ ਲਿਖ ਕੇ ਦਿਓ ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੇ ਤੇ ਇਹ ਸਮਝਿਆ ਨਾ ਕਿ ਇਹਦੇ ਕੋਲ ਤਾਂ ਇੱਕੋ ਪੁੱਤਰ ਹੈ ਇਹਦਾ ਕਿਹੜਾ ਕੋਈ ਪਿੱਛੇ ਟੋਣ ਵਾਲਾ ਹੈ ਕਿਹੜਾ ਵੀ ਇਹਦੇ ਕੋਲ ਪੈਸਾ ਲੱਗਣਾ ਇਹਨੂੰ ਲਾਲਚ ਦਿਆਂਗੇ ਤਾਂ ਚਲੋ ਸਾਡਾ ਮੁੰਡਾ ਬਰੀ ਹੋ ਜਾਏਗਾ ਅਤੇ ਮੈਨੂੰ ਇਹ 1,00,000,000 ਰੁਪਈਏ ਵੀ ਦੇਣ 1,00,000,000 ਰੁਪਈਏ ਵੀ ਦੇਣ ਅਤੇ ਮੈਂ ਇਹ ਜਿਹੜਾ ਨਾ ਇਹਨਾਂ ਦਾ ਮੁੰਡੇ ਨੂੰ ਸਜ਼ਾ ਦਵਾ ਕੇ ਰਹਾਂਗੀ ਮੈਨੂੰ ਸਕੂਨ ਨਹੀਂ ਆਉਂਦਾ ਕਿਉਂਕਿ ਮੇਰੇ ਕੋਲ ਤਾਂ ਮੇਰੇ ਚੱਲਾਂ ਨੇ ਇੱਕ ਬੂਟਾ ਲਾਇਆ ਸੀ ਜਿਹੜਾ ਨਾ ਮੇਰਾ ਵੱਢ ਚੱਲਿਆ ਮੈਂ ਤਾਂ ਪਹਿਲਾਂ ਵੀ ਕਹੀ ਬੇਵਾ ਔਰਤ ਤਾਂ ਮੈਨੂੰ ਤਾਂ ਇਹਨਾਂ ਨੂੰ ਊਂ ਲਾ ਕੇ ਤਾਂ ਬੇਵਾ ਕੀਤਾ ਊਂ ਸਾਰਾ ਮੇਰਾ ਪੁੱਤਰ ਬਣਿਆ ਮੈਂ ਮਿਹਨਤ ਮਜ਼ਦੂਰੀਆਂ ਕਰ ਕਰਕੇ ਆਪਣੇ ਬੱਚੇ ਪਾਲੇ ਨੇ ਮੇਰੇ ਬੱਚੇ ਯਤੀਮ ਸਨ ਉਹਨਾਂ ਨੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੇ ਯਤੀਮ ਕਰ ਛੱਡੇ ਨੇ ਇਹਨਾਂ ਨੇ ਕਰ ਛੱਡੇ ਨੇ ਇਹ ਲਾਲਚ ਮੈਨੂੰ ਬੜੀ ਦਿੰਦੇ ਨੇ ਬਾਹਰ ਲਾਲਚ ਮੈਂ ਨਹੀਂ ਲੈਣੀ ਮੈਨੂੰ 1,00,000,000 ਰੁਪਈਏ ਵੀ ਦੇਣਾ ਰੁਪਈਆ ਨਾਲ ਜਾਂ ਮਕਾਨਾਂ ਦੇ ਨਾਲ ਮੈਨੂੰ ਮੇਰਾ ਬੱਚਾ ਨਹੀਂ ਲੱਭਣਾ ਮੈਂ ਇਹਨਾਂ ਨੂੰ ਸਜ਼ਾ ਦੇਣੀ ਆ ਮੈਨੂੰ ਇਨਸਾਫ਼ ਚਾਹੀਦਾ ਇਨਸਾਫ਼ ਚਾਹੀਦਾ ਜਿਹੜਾ ਹਲੇ ਤੱਕ ਮੈਨੂੰ ਲੱਭਦਾ ਨਹੀਂ ਪਿਆ ਤੁਸੀਂ ਵਜ਼ੀਰੇ ਆਲਾ ਪੰਜਾਬ ਪਰਵੇਜ਼ ਇਲਾਈ ਸਾਹਿਬ ਔਰ ਡੀ ਪੀ ਓ ਗੁਜਰਾਤ ਆਰ ਪੀ ਓ ਗੁਜਰਾਤ ਡੀ ਆਈ ਜੀ ਇਨਵੈਸਟੀਗੇਸ਼ਨ ਅੱਗੇ ਕੀ ਅਪੀਲ ਕਰਨੀ ਚਾਹੋਗੇ ਮੈਂ ਉਹਨਾਂ ਨਾਲ ਅਪੀਲ ਕਰਨੀ ਚਾਹੀਦੀ ਹੈ ਮੈਨੂੰ ਇਨਸਾਫ਼ ਚਾਹੀਦਾ ਬਸ ਮੇਰਾ ਇੱਕ ਪੁੱਤਰ ਸੀ ਮੈਨੂੰ ਇਨਸਾਫ਼ ਨਹੀਂ ਪਿਆ ਲੱਭਦਾ ਮੈਨੂੰ ਇਨਸਾਫ਼ ਚਾਹੀਦਾ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਮੌਤ ਸਜ਼ਾ ਹੋਣੀ ਚਾਹੀਦੀ ਹੈ ਦੋਵਾਂ ਭਰਾਵਾਂ ਨੇ ਇਹਨਾਂ ਨੇ ਬੜੀ ਬੇਦਰਦੀ ਦੇ ਨਾਲ ਮੇਰੇ ਪੁੱਤਰ ਨੂੰ ਕਤਲ ਕੀਤਾ ਗਿਆ ਵੇ ਬੜੀ ਬੇਦਰਦੀ ਨਾਲ ਕਤਲ ਕੀਤਾ ਗਿਆ